ਸ਼ਾਮਿਲ ਹੋਈਆਂ ਨੇ। ਅੱਜ ਭਾਈ ਹਰਮੀਤ ਸਿੰਘ ਦੀ ਅੰਤਮ ਅਰਦਾਸ ਗੁਰਦੁਆਰਾ ਬੀ ਬਲੋਕ ਵਿਖੇ ਕੀਤੀ ਗਈ ਹੈ। ਪਰਿਵਾਰ ਵੱਲੋਂ ਇਹ ਸਮਾਗਮ ਸੀ, ਪਰਿਵਾਰ ਵੱਲੋਂ ਸੱਦਾ ਸੀ, ਦਮਦਮੀ ਟਕਸਾਲ ਨੇ ਇਸ ਗੁਰਦੁਆਰੇ ਦੇ ਵਿੱਚ ਪ੍ਰਬੰਧ ਕੀਤੇ ਸੀ। ਪੰਥ ਦੀਆਂ ਉਹ ਜਥੇਬੰਦੀਆਂ, ਉਹ ਨੁਮਾਇੰਦੇ ਸਾਰੇ ਸ਼ਾਮਿਲ ਹੋਏ ਨੇ ਜਿਹੜੇ ਸਿੱਖ ਪੰਥ ਦੀ ਆਜ਼ਾਦੀ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਵੀ ਕਰਦੇ ਆ ਰਹੇ ਨੇ ਅਤੇ ਸੰਘਰਸ਼ ਵੀ ਕਰ ਰਹੇ ਨੇ। ਮਤਲਬ ਨੌਜਵਾਨ ਕਿਉਂ ਪੜ੍ਹੇ ਲਿਖੇ ਨੌਜਵਾਨ ਸੀ, ਕਿਉਂ ਸਰਾਹ 'ਤੇ ਪਿਆ? ਇਹ ਸਰਕਾਰਾਂ ਨੂੰ ਪੁੱਛੋ। ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਹਾਂ ਕਿ ਸਰਕਾਰਾਂ ਜਦੋਂ ਮਸਲਿਆਂ ਦੇ ਹੱਲ ਹੀ ਨਹੀਂ ਕਰਨਗੀਆਂ, ਜ਼ੁਲਮ ਕਰਦੇ ਜਾਣਗੀਆਂ, ਕਰਦੇ ਜਾਣਗੀਆਂ, ਦਬਾਉਣਗੀਆਂ ਆਪਣੀ ਗਾਂਧੀ ਜੋਸ਼ ਦੇ ਨਾਲ, ਫਿਰ ਨੌਜਵਾਨ ਜਿਹੜੇ ਚਤਨ ਹੁੰਦੇ ਨੇ, ਅਲਰਟ ਹੁੰਦੇ ਨੇ, ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਉਹ ਕਿੱਦਾਂ ਫਿਰ ਚੁੱਪ ਚੁੱਪੀ ਅਤੇ ਜ਼ੁਲਮ ਸਹਿ ਸਕਦੇ ਨੇ? ਉਹ ਫਿਰ ਘਰਾਂ 'ਚੋਂ ਨਿਕਲਦੇ ਨੇ। 1978 ਤੋਂ ਹੀ ਨੌਜਵਾਨ ਘਰਾਂ 'ਚੋਂ ਨਿਕਲ ਰਹੇ ਨੇ, ਸ਼ਹਾਦਤਾਂ ਵੀ ਦੇ ਰਹੇ ਨੇ, ਜੇਲ੍ਹਾਂ 'ਚ ਵੀ ਜਾ ਰਹੇ ਨੇ, ਤਸੀਹੇ ਵੀ ਚੱਲਦੇ ਨੇ, ਪਰ ਇਹ ਲੜੀ ਰੁਕਦੀ ਨਹੀਂ ਹੈ। ਇਹ ਸਫ਼ਰ ਰੁਕਦਾ ਨਹੀਂ ਹੈ, ਕਿਉਂਕਿ ਸਫ਼ਰ ਤਾਂ ਆਜ਼ਾਦੀ ਤੱਕ ਹੈ, ਮੰਜ਼ਿਲ ਤੱਕ ਹੈ, ਅਤੇ ਜਦੋਂ ਤੱਕ ਮੰਜ਼ਿਲ ਨਹੀਂ ਮਿਲਦੀ ਜਾਂ ਸਰਕਾਰਾਂ ਅੱਗੋਂ ਨੈਗੋਸ਼ੀਏਟ ਹੀ ਨਹੀਂ ਕਰਦੀਆਂ, ਗੱਲਬਾਤ ਹੀ ਨਹੀਂ ਕਰਦੀਆਂ। ਸਰਕਾਰ ਦੇਖੋ, ਸਰਕਾਰਾਂ ਦੇ ਜਿਹੜੇ ਨੁਮਾਇੰਦੇ ਹੁੰਦੇ ਨੇ, ਪ੍ਰਾਈਮ ਮਿਨਿਸਟਰ ਤੋਂ ਲੈ ਕੇ ਹੋਮ ਮਿਨਿਸਟਰ ਤੱਕ, ਇਹ ਇੱਕ ਗੱਲ ਤਾਂ ਹਰ ਜਗ੍ਹਾ 'ਤੇ ਕਹਿੰਦੇ ਨੇ, ਹਥਿਆਰ ਛੱਡੋ ਅਤੇ ਗੱਲ ਕਰੋ, ਹਥਿਆਰ ਛੱਡੋ ਅਤੇ ਗੱਲ ਕਰੋ, ਪਰ ਜਦੋਂ ਹਥਿਆਰ ਛੱਡਦੇ ਹੋ ਤਾਂ ਗੱਲ ਨਹੀਂ ਕਰਦੇ, ਫਿਰ ਇਹ ਮੁੱਕਰ ਜਾਂਦੇ ਨੇ, ਫਿਰ ਇਹਨਾਂ ਦੇ ਲਈ ਉਹ ਸੰਘਰਸ਼ ਹੀ ਨਹੀਂ ਰਹਿੰਦਾ। ਹੁਣ ਪੰਜਾਬ ਦੇ ਵਿੱਚ ਕਿਹੜਾ ਹਥਿਆਰ ਚੱਲ ਰਹੇ ਨੇ? ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ ਲੋਕ ਖਾਲਿਸਤਾਨ ਲਈ ਲੜ ਰਹੇ ਨੇ, ਹੁਣ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ। ਅਤੇ ਜਦੋਂ ਸੰਘਰਸ਼ ਚੱਲ ਪੈਂਦਾ, ਜਦੋਂ ਹਥਿਆਰ ਚੱਲਦੇ ਨੇ, ਫਿਰ ਇਹ ਕਹਿੰਦੇ ਨੇ ਕਿ ਹੁਣ ਇੱਥੇ ਅੱਤਵਾਦ ਆ ਗਿਆ, ਹੁਣ ਅਸੀਂ ਅੱਤਵਾਦ ਨੂੰ ਅੱਤਵਾਦ ਦੇ ਨਾਲ ਹੀ ਕੁਛ ਲਾਂਗੇ, ਫਿਰ ਸਰਕਾਰ ਆਪਣਾ ਅੱਤਵਾਦ ਖਾ ਨਹੀਂ ਲੈ ਰਹੀ। ਸੋ ਉਹਦੇ ਵਿੱਚ ਹੋਰ ਨੌਜਵਾਨ ਉੱਠਦੇ ਨੇ। ਸੋ ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਹਰਪ੍ਰੀਤ ਸਿੰਘ ਹੈਪੀ ਵਰਗੇ ਨੌਜਵਾਨ ਕਿਉਂ ਘਰੋਂ ਨਿਕਲੇ? ਇਹ ਗੱਲਾਂ ਸਾਡੀ ਕੌਮ ਨੂੰ, ਪੰਜਾਬ ਦੀ ਲੀਡਰਸ਼ਿਪ ਨੂੰ ਅਤੇ ਇੰਡੀਅਨ ਸਟੇਟ ਨੂੰ ਸਮਝਣ ਦੀ ਲੋੜ ਹੈ। ਕਿਉਂ ਇੱਕ ਇਨਸਾਨ ਪੜ੍ਹਿਆ ਲਿਖਿਆ ਹੋ ਕੇ ਆਪਣਾ ਘਰ ਬਾਰ ਛੱਡ ਕੇ ਆਪਣੀ ਜ਼ਿੰਦਗੀ ਇਹਨਾਂ ਔਖੇ ਰਾਹਾਂ 'ਤੇ ਤੋਰਦਾ ਹੈ? ਇਹ ਸਮੱਸਿਆਵਾਂ ਦੇ ਹੱਲ ਹੋਣੇ ਚਾਹੀਦੇ। ਡੈਡ ਬੋਡੀ ਦੇ ਆਦਾਨ ਪ੍ਰਦਾਨ ਸੀ, ਹੈਪੀ ਜਿਹੜਾ ਸੀ ਕਿ ਉਹ ਕੌਮ ਦੇ ਲਈ ਸ਼ਹੀਦ ਹੋਇਆ, ਤਾਂ ਲੱਗਦਾ ਫਿਰ ਉਹਨੂੰ ਜੱਥੇ ਸਰਕਾਰ ਤੱਕ ਘਰੋਂ ਘਰਾਂ ਕੌਮ ਦੇ ਲਈ ਨਿਕਲਿਆ, ਜੀਵਨ ਉਹਨੇ ਕੌਮ ਦੇ ਲਈ ਆਪਣਾ ਬਤੀਤ ਕੀਤਾ ਅਤੇ ਕੌਮ ਦੇ ਲੇਖੇ ਹੀ ਲਾਇਆ। ਕਿਵੇਂ ਸ਼ਹੀਦ ਹੋਇਆ, ਕਿੰਨੇ ਕੀਤਾ, ਕਿਹੜਾ ਕਾਰਨਾਂ ਕਰਕੇ ਹੋਇਆ, ਦਿਮਾਗ ਕਿਤੇ ਸੀ, ਹੱਥ ਕਿਤੇ ਸੀ, ਇਹਦੇ ਅਜੇ ਕੁਛ ਭੇਦ ਗੁੱਝੇ ਨੇ, ਇਹ ਸਮੇਂ ਦੇ ਨਾਲ ਹੀ ਗੱਲਾਂ ਸਾਹਮਣੇ ਆਉਣਗੀਆਂ। ਡੈਡ ਬੋਡੀ ਉਹਨਾਂ ਦੀ ਗੱਲ ਨਹੀਂ ਕਹੋਗੇ? ਜਦੋਂ ਤੱਕ ਪਰਿਵਾਰ ਨੇ ਡੈੱਡ ਬੋਡੀ ਦੀ ਮੰਗ ਕੀਤੀ ਤਦ ਤੱਕ ਸੰਸਕਾਰ ਹੋ ਚੁੱਕਾ। ਪਰ ਤੁਸੀਂ ਦੱਸੋ ਕਿ ਕੌਮ ਦੇ ਲਈ ਸ਼ਹੀਦ ਹੋਇਆ, ਜਥੇਦਾਰ ਕਦ ਤੱਕ ਉਹਨੂੰ ਸ਼ਹੀਦ ਲਾਉਣਾ ਚਾਹੀਦਾ ਇੱਥੋਂ? ਜਥੇਦਾਰ ਹੁਣ ਦੇਖੋ, ਜਥੇਦਾਰ ਦੀ ਵੀ ਸਾਡੇ ਅੱਗੇ ਬਹੁਤ ਵੱਡੀਆਂ ਪ੍ਰੋਬਲਮਸ ਨੇ ਕਿ ਕਿਹੜੇ ਜਥੇਦਾਰ ਨੂੰ ਕੀ ਕਹੀਏ ਅਤੇ ਕਿਹੜੇ ਜਥੇਦਾਰ ਦੀ ਸਰਕਾਰ ਮੰਨਦੀ ਹੈ। ਪ੍ਰਬੰਧ ਐਸ ਜੀ ਪੀ ਸੀ ਦੇ ਨਾ ਸਾਰੇ, ਹੁਣ ਐਸ ਜੀ ਪੀ ਸੀ ਅਤੇ ਜਥੇਦਾਰ ਨੂੰ ਅਸੀਂ ਨਹੀਂ ਨਾ ਕਹਿ ਸਕਦੇ। ਐਸ ਜੀ ਪੀ ਸੀ ਨੇ ਪ੍ਰਬੰਧ ਤਾਂ ਕੀਤੇ ਨੇ ਲੰਗਰ ਦੇ ਸਾਰੇ ਇੱਥੇ ਇੱਥੇ ਸਾਲ ਦਾ ਪ੍ਰਬੰਧ। ਤੁਸੀਂ ਕਹੋਗੇ ਕਿ ਤਸਵੀਰ ਲਗਾਈ ਜੀ ਉਹਨਾਂ ਦੀ ਐਸ ਜੀ ਪੀ ਸੀ? ਇਹ ਐਸ ਜੀ ਪੀ ਸੀ ਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਹਿ ਤਾ, ਐਸ ਜੀ ਪੀ ਸੀ ਨੇ ਆਪਣੇ ਡਿਸੀਜਨ ਆਪ ਲੈਣੇ ਨੇ, ਮੈਂ ਐਸ ਜੀ ਪੀ ਸੀ ਨੂੰ ਕੁਛ ਨਹੀਂ ਕਹਾਂਗਾ।